ਡਾਕਟਰ ਬਾਦਲ ਨੇ ਕਿਹਾ ਹੈ ਕਿ ਏਮਜ਼ ਦੇ ਨਿਰਮਾਣ ਨਾਲ ਇੱਥੇ ਲੋਕ ਰੋਜ਼ਗਾਰੀ ਹੋਣਗੇ, ਪਰ ਕਾਂਗਰਸ ਸਰਕਾਰ ਇਹ ਹਸਪਤਾਲ ਦੇ ਕੰਮਾਂ 'ਚ ਰੁਕਾਵਟ ਪੈਦਾ ਕਰ ਰਹੀ ਹੈ। ਇਸ ਬਿਆਨ ਤੋਂ ਹੀ ਜ਼ਾਹਿਰ ਹੁੰਦਾ ਕਿ ਤੁਸੀਂ ਸੋਚੋ ਕਿ ਇੱਕ PGI ਤੋਂ ਵੀ ਵੱਡਾ ਹਸਪਤਾਲ, ਏਮਜ਼ ਵਰਗਾ ਵੱਡਾ ਹਸਪਤਾਲ ਤੁਹਾਡੇ ਸੂਬੇ ਵਿੱਚ ਆ ਰਿਹਾ ਹੈ, ਤੁਸੀਂ ਸਿਹਤ ਮੰਤਰੀ ਹੋ ਅਤੇ ਤੁਹਾਨੂੰ ਆਹੀ ਨਹੀਂ ਪਤਾ ਕਿ ਹਸਪਤਾਲ ਦੀ ਚੌਥੀ ਮੰਜ਼ਿਲ ਬਣ ਕੇ ਅਗਲੇ ਮਹੀਨੇ ਉਹਦੀ OBT ਸ਼ੁਰੂ ਹੋ ਰਹੀ ਹੈ ਅਤੇ ਬਿਆਨ ਅਖਬਾਰਾਂ 'ਚ ਦੇ ਰਹੇ ਨੇ ਕਿ ਇਹ ਤਾਂ ਸਿਰਫ ਕਾਗਜ਼ 'ਚ ਕੰਮ ਚੱਲ ਰਿਹਾ ਹੈਗਾ।